ਰੰਗ ਪੰਜਾਬ ਦੇ ਯੂਟਿਊਬ ਚੈਨਲ ਵੇਖਣ ਵਾਲੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਧਰਮਾ ਹਰੇਉ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਦੋਸਤੋ, ਜਿਸ ਤਰ੍ਹਾਂ ਅਸੀਂ ਕਿਸੇ ਨਾ ਕਿਸੇ ਸਟਾਰ ਨੂੰ ਤੁਹਾਨੂੰ ਮਿਲਾਉਂਦੇ ਰਹਿੰਦੇ ਹਾਂ, ਮੁਲਾਕਾਤ ਕਰਵਾਉਂਦੇ ਰਹਿੰਦੇ ਹਾਂ, ਉਸੇ ਲੜੀ ਤਹਿਤ ਅੱਜ ਅਸੀਂ ਪੁੱਜੇ ਹੋਏ ਹਾਂ ਜ਼ਿਲ੍ਹਾ ਪਟਿਆਲਾ ਦੇ ਪਿੰਡ ਘੱਗਾ ਦੇ ਵਿੱਚ, ਜਿੱਥੋਂ ਦੇ ਇੱਕ ਪ੍ਰਸਿੱਧ ਕਬੱਡੀ ਦੇ ਜਾਫੀ ਹੋਏ ਨੇ, ਬਹੁਤ ਵਧੀਆ ਖਿਡਾਰੀ ਹੋਏ ਨੇ, ਟਹਿਲ ਸਿੰਘ ਜੀ ਘੱਗਾ। ਆਓ ਅੱਜ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਕਿੱਦਾਂ ਦੀ ਰਹੀ ਉਹਨਾਂ ਦੀ ਇਹ ਕਬੱਡੀ ਦੀ ਜ਼ਿੰਦਗੀ। ਹਾਂਜੀ ਟਹਿਲ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਚੈਨਲ ਦੇ ਵੱਲੋਂ, ਰੰਗ ਪੰਜਾਬ ਦੇ ਵੱਲੋਂ ਤੁਹਾਡਾ ਜੀ। ਧੰਨਵਾਦ ਜੀ, ਮੈਂ ਬਹੁਤ ਸੋਹਣਾ ਤੁਹਾਨੂੰ ਉਹ ਕਰਦਾ ਜੀ, ਧੰਨਵਾਦ ਤੁਹਾਡੇ। ਮੈਨੂੰ ਇਹ ਐਡੀ ਦੋ ਪੁਰਾਣੇ ਪਲੇਅਰਾਂ ਨੂੰ ਉਤਸ਼ਾਹ ਦਿੱਤਾ, ਤੁਸੀਂ ਕਰ ਰਹੇ ਹੋ ਬਹੁਤ ਵਧੀਆ ਜੀ, ਧੰਨਵਾਦ ਜੀ। ਟਹਿਲ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਤੁਸੀਂ ਕਬੱਡੀ ਕਿੰਨਾ ਚਿਰ ਖੇਡੀ? ਮੈਂ 16 ਸਾਲ ਕਬੱਡੀ ਖੇਡੀ ਜੀ, ਲਗਾਤਾਰ। ਹਾਂ ਜੀ, 16 ਸਾਲ ਕਬੱਡੀ ਖੇਡੀ। ਅਤੇ ਕਿਹੜੇ ਵਜਨ ਤੋਂ ਕਬੱਡੀ ਸ਼ੁਰੂ ਕੀਤੀ ਜੀ? ਮੈਂ 47 ਕਿਲੋ ਤੋਂ ਜੀ। 47 ਕਿਲੋ ਤੋਂ? ਹਾਂਜੀ ਹਾਂ ਜੀ। ਅਤੇ ਤੁਹਾਨੂੰ ਕਬੱਡੀ ਖੇਡਣ ਲਾਇਆ ਕਿੰਨਾ ਨੇ? ਮੇਰਾ ਡੈਡੀ ਅਤੇ ਮੇਰੇ ਚਾਚਾ ਜੀ, ਇਹਨਾਂ ਦਾ ਬਹੁਤ ਧੰਨਵਾਦ, ਇਹਨਾਂ ਨੇ ਮੈਨੂੰ ਇਹ ਲਾਈਨ 'ਚ ਪਾਇਆ। ਪਹਿਲਾਂ ਆਪ ਵੀ ਸੀ ਉਹ ਜੀ, ਅਤੇ ਵਧੀਆ ਉਹਨਾਂ ਨੇ ਕਬੱਡੀ ਵੀ ਖੇਡੀ ਹੈ ਅਤੇ ਕੁਸ਼ਤੀ ਵੀ ਬਹੁਤ ਤਕੜੀ ਖੇਡੀ ਹੈ ਜੀ। ਜੀ, ਪਿਤਾ ਜੀ ਦਾ ਕੀ ਨਾਮ ਸੀ? ਬੰਤਾ ਸਿੰਘ ਜੀ। ਅਤੇ ਉਹ ਭਲਵਾਨ ਸੀ? ਹਾਂਜੀ ਹਾਂ। ਅਤੇ ਚਾਚਾ ਜੀ? ਸੰਤਾ ਸਿੰਘ ਜੀ। ਸੰਤਾ ਸਿੰਘ ਜੀ, ਹਾਂਜੀ। ਅਤੇ 47 ਕਿਲੋ ਤੋਂ ਬਾਅਦ ਤੁਸੀਂ ਕਿਹੜੇ ਕਿਹੜੇ ਵਜਨ ਖੇਡੇ ਜੀ? 55 ਜੀ, 55-60। 55-60, ਅਤੇ ਉਸ ਤੋਂ ਬਾਅਦ? ਉਸ ਤੋਂ ਬਾਅਦ ਜੀ ਓਪਨ। ਓਪਨ? ਹਾਂ, 3-4 ਸਾਲ ਖੇਡੀ ਜੀ ਵਜਨ ਦੀ, ਬਾਕੀ ਫਿਰ ਓਪਨ ਹੀ ਖੇਡੀ ਜੀ ਸਾਰੀ ਮੈਂ ਜੀ। ਅਤੇ ਫਿਰ ਸਕੂਲ ਬਾਰੇ ਕੀ ਖਿਆਲ ਸੀ ਤੁਹਾਡਾ ਸਕੂਲ? ਤੁਸੀਂ ਸਕੂਲ ਬਾਰੇ ਜੀ, ਮੈਨੂੰ ਕੰਮ ਧੰਦੇ 'ਚ ਇਹਨਾਂ ਦੇ ਖੇਤੀਬਾੜੀ ਦੇ ਕੰਮਾਂ 'ਚ, ਕਦੇ ਆਹ ਡੰਗਰ ਚਾਰ ਲੈ, ਕਦੇ ਆਹ ਕਰ ਲੈ ਜੀ, ਵੀ ਇਹਨਾਂ 'ਤੇ ਧਿਆਨ ਰਿਹਾ ਜੀ। ਮਤਲਬ ਕਿ ਸਕੂਲ ਵਾਲੇ ਪਾਸੇ ਤੁਸੀਂ ਗਏ ਨਹੀਂ? ਸਕੂਲ ਵਾਲੇ ਪਾਸੇ ਭੇਜੀ ਨਹੀਂ ਜੀ ਕਿਸੇ ਨੇ ਜੀ, ਮਤਲਬ ਕਿ ਇੰਨਾ ਉਹ ਨਹੀਂ ਸੀਗਾ ਵੀ ਇਹ ਕਬੱਡੀ ਵਾਲੇ ਪਾਸੇ ਆਉਣਾ ਸ਼ੁਰੂ ਦੇ ਵਿੱਚ ਬਸ ਕੰਮ ਕਰ ਲਿਆ ਖੇਡ। ਅਤੇ ਇਹ ਤੁਸੀਂ ਕਬੱਡੀ ਫਿਰ ਕਿਹੜੀਆਂ ਕਿਹੜੀਆਂ ਟੀਮਾਂ ਵੱਲੋਂ ਖੇਡੇ ਪਿੰਡ ਓਪਨ ਦੀ? ਪਿੰਡ ਓਪਨ ਦੀ ਪਹਿਲਾਂ ਮੈਂ ਆਪਣੇ ਪਿੰਡ ਵੱਲੋਂ ਖੇਡੀ ਜੀ ਜੀ, ਅਤੇ ਇਹਨਾਂ 'ਚ ਵੀ ਮੈਂ 6-7 ਸਾਲ ਖੇਡੇ ਜੀ ਵਧੀਆ ਜੀ। ਉਦੋਂ ਬਾਅਦ ਮੈਂ ਢੰਡੋਲੀ ਦੀ ਟੀਮ ਚਲਿਆ ਗਿਆ ਜੀ ਜੀ। ਅਤੇ ਪਿੰਡ ਦੀ ਟੀਮ ਦੇ ਵਿੱਚ ਕਿਹੜੇ ਕਿਹੜੇ ਖਿਡਾਰੀ ਸੀ ਤੁਹਾਡੇ ਨਾਲ ਜੀ? ਪਿੰਡ ਦੇ ਨਾਮ ਇਹਨਾਂ ਜੀ ਕ੍ਰਿਸ਼ਨ ਸੀਗਾ ਜੀ ਜੀ, ਝੂਰਾਂ ਦਾ ਮੁੰਡਾ ਜੀ ਜੀ, ਅਤੇ ਨਾਲ ਜਗਦੇਵ ਸੀਗਾ ਜੀ ਜੀ, ਕੁਲਦੀਪ ਸੀ ਜੀ ਜੀ, ਅਤੇ ਉਹਦਾ ਭਰਾ ਲਾਭਾ ਸੀ ਜੀ, ਅਤੇ ਇਹ ਸਾਡੇ ਨਾਲ ਪਲੇਅਰ ਹੁੰਦੇ ਸੀਗੇ ਜੀ ਜੀ। ਅਤੇ ਉਸ ਤੋਂ ਬਾਅਦ ਫਿਰ ਤੁਸੀਂ ਢੰਡੋਲੀ ਦੀ ਟੀਮ? ਹਾਂ ਜੀ, 7 ਸਾਲ ਫਿਰ ਉਹਨਾਂ 'ਚ ਖੇਡਿਆ ਜੀ ਮੈਂ ਜੀ। ਉਹਨਾਂ 'ਚ ਸਾਡਾ ਮੇਨ ਰੇਡਰ ਬਿੱਲੂ ਹੁੰਦਾ ਸੀਗਾ ਜੀ ਜੀ, ਤੇਜਿੰਦਰ ਜੀ, ਅਤੇ ਹਰਜੀਤ ਜੀ, ਨੋਨੀ ਜੀ, ਕਾਲਾ ਜੀ, ਜੱਗਾ ਜਾਫੀ ਜੀ, ਅਤੇ ਇਹ ਹੁੰਦੇ ਸੀ 6 ਜਣੇ ਪਲੇਅਰ ਸੀ ਜੀ। ਅਤੇ ਇੱਕ ਪਿੰਡ ਦੀ ਟੀਮ ਵੱਲੋਂ, ਅਤੇ ਫਿਰ ਢੰਡੋਲੀ ਦੀ ਟੀਮ ਵੱਲੋਂ, ਅਤੇ ਹੋਰ ਕਿਹੜੀਆਂ ਕਿਹੜੀਆਂ ਸੰਸਥਾਵਾਂ ਵੱਲੋਂ ਕਬੱਡੀ ਖੇਡੀ ਤੁਸੀਂ? ਮੈਂ ਬਿਜਲੀ ਬੋਰਡ ਵੱਲੋਂ ਜੀ, ਪ੍ਰੀਤਮ ਨੇ ਖਿਡਾਇਆ ਜੀ ਮੈਨੂੰ, ਬਹੁਤ ਮਾਣ ਦਿੱਤਾ ਉਹਨੇ ਜੀ। ਅਤੇ ਉਸ ਤੋਂ ਬਾਅਦ ਫਿਰ ਹਰਿਆਣੇ ਵੱਲੋਂ ਖਿਡਾਇਆ ਆਪਣੂੰ ਗੁਰਮੇਲ ਦੜਬਾ ਜੀ ਨੇ ਜੀ, ਬਹੁਤ ਸਤਿਕਾਰ ਦਿੱਤਾ ਉਹਨੇ ਮੈਨੂੰ ਜੀ, ਅਤੇ ਮੈਚ ਖਿਡਾਏ ਚੰਗੇ ਉਹਨੇ ਜੀ। ਅਤੇ ਤੁਹਾਨੂੰ ਫਿਰ ਨੌਕਰੀ ਦੀ ਕੋਈ ਔਫਰ ਨਹੀਂ ਆਈ ਉਸ ਟਾਈਮ? ਨੌਕਰੀ ਦੀ ਆਈ ਸੀ ਜੀ ਜੀ, ਉਦੋਂ ਮੈਂ ਜਦੋਂ ਪਿੰਡ ਮੈਚ ਖੇਡਿਆ ਉਹਦੇ ਜੀ, 6 ਮੈਚ ਖੇਡਿਆ ਸੀ ਹਰਜੀਤ ਬਾਜੇ ਖਾਂਦੇ ਨਾਲ ਜੀ, ਅਤੇ ਉਦੋਂ ਮੈਂ ਪਹਿਲੀ ਕੌਡੀ 'ਤੇ ਜੱਫਾ ਲਾਇਆ ਜੀ ਹਰਜੀਤ ਬਾਜੇ ਖਾਂਦੇ ਨੂੰ, ਹਰਜੀਤ ਬਰਾੜ ਨੂੰ। ਹਾਂ, ਅਤੇ ਉਦੋਂ ਬਾਅਦ ਕੀ ਹੋਇਆ ਜੀ, ਉੱਤੇ ਐਸ ਐਸ ਪੀ ਬੈਠੇ ਸੀਗੇ ਜੀ, ਉਹ ਕਹਿੰਦੇ ਵੀ ਇਹ ਪਲੇਅਰ ਕਿੱਥੋਂ? ਕਹਿੰਦੇ ਜੀ ਸਾਡੇ ਪਿੰਡ ਦਾ ਜੀ, ਉਹ ਕਹਿੰਦੇ ਵੀ ਇਹਨੂੰ ਲਿਆਓ, ਮੈਂ ਭਰਤੀ ਕਰੂੰਗਾ ਜੀ। ਭਰਤੀ ਦੇ ਵਿੱਚੋਂ ਜੀ ਇਹ ਗੱਲ ਹੋਈ, ਉਦੋਂ ਰਾਤ ਨੂੰ ਚੱਲ ਉਹਨਾਂ ਨੇ ਕਹਿੰਦੇ ਵੀ ਲੈ ਉਹ, ਮਹਾਂ ਜੀ ਅਨਪੜ੍ਹ ਆ ਮੈਂ, ਉਹ ਕਹਿੰਦੇ ਕੋਈ ਅਨਪੜ੍ਹ ਤੁਹਾਨੂੰ ਕਿਹਾ, ਮੈਂ ਆਪੇ ਭਰਤੀ ਕਰੂੰਗਾ ਇਹਨੂੰ ਜੀ। ਚਲੋ, ਉਦੋਂ ਬਾਅਦ ਜੀ ਕੀ ਹੋਇਆ, ਚੱਲ ਰਾਤ ਨੂੰ ਜੀ ਕਲੱਬ ਦਫਾੜ ਹੋ ਗਿਆ। ਅੱਛਾ ਜੀ, ਅਤੇ ਉੱਥੇ ਮੇਰਾ ਨੁਕਸਾਨ ਹੋਇਆ ਜੀ। ਉੱਥੇ ਤੁਹਾਡਾ ਨੁਕਸਾਨ ਹੋ ਗਿਆ ਕਬੱਡੀ ਦੇ, ਮਤਲਬ ਕਿ ਇੱਕ ਤੁਹਾਡਾ ਬਹੁਤ ਵਧੀਆ ਔਫਰ ਸੀ ਕਬੱਡੀ ਦੇ, ਤੁਹਾਨੂੰ ਨੌਕਰੀ ਮਿਲ ਗਈ ਸੀ ਚਾਂਸ ਸੀਗੀ ਜੀ ਉੱਥੇ ਜੀ, ਉੱਥੇ ਕਲੱਬ ਦੀ ਆਪਸੀ ਫਰਕ ਪੈਣ ਕਰਕੇ ਤੁਸੀਂ ਜੀ। ਅਤੇ ਉਸ ਮੈਚ ਦੇ ਵਿੱਚ ਫਿਰ ਤੁਸੀਂ ਹਰਜੀਤ ਬਰਾੜ ਨੂੰ ਪਹਿਲੀ ਕਬੱਡੀ ਦੇ ਪਹਿਲੀ ਕਬੱਡੀ ਦੇ ਫੜੇ, ਪਹਿਲਾ ਜਫਾ ਲਾਇਆ ਜੀ। ਅਤੇ ਉਸ ਤੋਂ ਬਾਅਦ ਤੁਹਾਡੇ ਹੋਰ ਅਹਿਮ ਮੈਚ ਕਿਹੜੇ ਕਿਹੜੇ ਜੀ? ਅਹਿਮ ਮੈਚ ਤੁਹਾਨੂੰ ਦੱਸਿਆ ਜੀ, ਜਿਹੜਾ ਆਪਾਂ ਹਰਿਆਣੇ ਖੇਡਿਆ, ਰਵਾੜੀ ਖੇਡਿਆ ਜੀ। ਰਵਾੜੀ ਜੀ, ਇਹ ਕਿਹੜੀ ਟੀਮ ਵੱਲੋਂ ਖੇਡੀ ਸੀ? ਇਹ ਅਸੀਂ ਆਪਣਾ ਬਿੜਬਾ ਫੈਕਟਰੀ ਤੋਂ ਖੇਡੇ ਸੀ ਜੀ। ਕਿਹੜੇ ਕਿਹੜੇ ਖਿਡਾਰੀ ਸੀ? ਅਸੀਂ ਰੇਡਰ ਸਾਡਾ ਬਿੱਲੂ ਸੀ ਜੀ, ਜੀ ਇੱਕ ਹਰਿਆਣੇ ਵਾਲਾ ਪੱਪੂ ਸੀ ਜੀ, ਜੀ ਅਤੇ ਦਿਲਬਰ ਝਨੇਰ ਸੀਗਾ ਜੀ ਜੀ, ਅਤੇ ਜਾਪੀ ਜੀ ਜੱਗੀ ਗੁੜ ਛਾਪੇ ਵਾਲਾ, ਅਤੇ ਮਰੀਜ ਕਕਾਲ ਭਾਈ ਕਲਾ ਜੀ, ਇਹ ਚਾਰੇ ਜਾਪੀ ਜੀ। ਅਤੇ ਇਹ ਕਿਹੜੇ ਸਾਲ ਦੇ ਵਿੱਚ ਮੈਚ ਹੋਏ ਤੁਹਾਡਾ ਜੀ? ਇਹ ਮੇਰਾ ਖਿਆਲ ਹੈ ਵੀ 95-95 ਵਿੱਚ ਹੋਇਆ, 95 ਦੇ ਵਿੱਚ, ਰਵਾੜੀ ਦੇ ਵਿੱਚ। ਹਰਿਆਣੇ ਦੀ ਟੀਮ ਨਾਲ ਮੈਚ? ਹਰਿਆਣੇ ਦੀ ਟੀਮ, ਸਾਰੇ ਹਰਿਆਣੇ ਦੀ ਟੀਮ ਸੀ ਜੀ। ਅਤੇ ਕਿਵੇਂ ਰਿਹਾ ਜੀ ਮੈਚ ਮੈਚ ਤੁਹਾਡਾ? ਮੈਚ ਸਾਡਾ ਜੀ ਪਹਿਲਾਂ ਪਹਿਲੀ ਕੌਡੀ 'ਤੇ ਉਹਨਾਂ ਦਾ ਪਲੇਅਰ ਭੱਜਿਆ ਇੱਕ ਜੀ, ਚਲੋ ਦੂਜੀ ਸਾਡੀ ਕੌਡੀ ਗਈ, ਸਾਡਾ ਪਲੇਅਰ ਨਹੀਂ ਬਣਿਆ ਗਿਆ, ਜੋ ਤੀਜੀ ਉਹ ਫਿਰ ਉਹਨਾਂ ਦੀ ਆਈ ਹੈ ਜੀ, ਉਹ ਵੀ ਫਿਰ ਨਹੀਂ ਜੀ, ਉਸ ਤੋਂ ਬਾਅਦ ਘੁੰਮ ਰਿਹਾ ਜੀ, ਉਹ
ਅਸੀਂ ਵਨ ਸਾਈਡਡ ਮੈਚ ਕਰਤਾ ਜੀ, ਹਾਫ ਟਾਈਮ 'ਚੋਂ ਮੈਚ ਡਰਾ ਹੋ ਗਿਆ। ਉਹ ਮੈਚ ਦੇ ਵਿੱਚ ਮਤਲਬ ਤੁਹਾਡਾ ਪੂਰਾ ਪੂਰਾ ਹਰਾ, ਉੱਥੇ ਕੂਕਾਂ ਵੱਜੀਆਂ ਨੇ ਜੀ, ਲਲਕਾਰੇ ਪਏ ਨੇ ਵੀ ਹਰਿਆਣਾ ਪੰਜਾਬ ਜਿੱਤ ਗਿਆ ਜੀ ਬਹੁਤ ਜੀ। ਅਤੇ ਪਿੰਡ ਓਪਨ ਦੀਆਂ ਕਿਹੜੀਆਂ ਕਿਹੜੀਆਂ ਟੀਮਾਂ ਸੀ ਜਿਨ੍ਹਾਂ ਨਾਲ ਤੁਹਾਡੇ ਮੈਚ ਫਸਦੇ ਸੀ? ਸਾਡੇ ਜੀ ਪਿੰਡ ਓਪਨ ਦੇ ਜ਼ਿਆਦਾ ਪਹਿਲਾਂ ਕਰਾਚੋ ਨਾਲ ਜੀ, ਅਤੇ ਲਦਾਲ ਨਾਲ ਜੀ, ਅਤੇ ਬਾਕੀ ਹੋਰ ਟੀਮਾਂ ਨਾਲ ਤਾਂ ਖੇਡਦੇ ਹੀ ਰਹਿੰਦੇ ਸੀ। ਇਹਨੇ ਜ਼ਿਆਦਾ ਤਾਂ ਹਰੀ ਕਾਂਟ ਵਾਲੀ ਟੱਕਰੀ ਇਹਨਾਂ ਹੁੰਦੀ ਸੀ, ਲਦਾਲ ਲਦਾਲ ਅਤੇ ਕਰਾਚੋ ਕਰਾਚੋ। ਲਦਾਲ ਦੇ ਵਿੱਚ ਕਿਹੜੇ ਕਿਹੜੇ ਟੀਮ ਖਿਡਾਰੀ? ਲਦਾਲ ਦੇ ਕੁੱਕੀ ਜੀ ਜੀ, ਵੀਰੀ ਜੀ, ਦੂਜਿਆਂ ਦੇ ਨਾਮ ਇੰਨੇ ਘੱਟ ਹੀ ਜਾਣਦਾ ਜੀ, ਬਖਸ਼ੀ ਸੀਗਾ ਜੀ। ਅਤੇ ਕਰਾਚੋ ਦੀ ਟੀਮ ਦੇ ਵਿੱਚ ਇਹ ਸੋਮਾ ਜੀ ਜੀ, ਦਰਸ਼ਨ ਹਾਂਜੀ ਹਾਂਜੀ, ਝੰਡਾ ਜੀ, ਕਸ਼ਮੀਰਾ ਜੀ, ਅਤੇ ਉਹਦਾ ਭਰਾ ਉਹਦਾ ਨਾਮ ਭੁੱਲ ਜਾਣਾ ਜੀ, ਰੇਡਰ ਦਾ ਭਰਾ ਸੋਮੇ ਦਾ ਜੀ। ਅਤੇ ਫਿਰ ਤੁਸੀਂ ਬਾਹਰ ਵੀ ਖੇਡੇ ਹੋ ਜੀ ਕਿਤੇ ਖੇਡਣ ਦਾ ਮੌਕਾ ਮਿਲਿਆ? ਬਾਹਰ ਨਹੀਂ ਖੇਡਿਆ ਮੈਂ, ਚੈਂਪੀਅਨਸ਼ਿਪਾਂ ਦੇ ਖੇਡਿਆ ਜੀ, ਅਤੇ ਜਾਂ ਛੋਟੇ 'ਚ ਖੇਡਿਆ ਜੀ। ਚੈਂਪੀਅਨਸ਼ਿਪ ਦੇ ਮੈਚ ਤੁਸੀਂ ਕਿਹੜੀ ਟੀਮ ਵੱਲੋਂ ਅਤੇ ਕਿੱਥੇ ਖੇਡੇ ਸੀ? ਮੈਂ ਪਟਿਆਲੇ ਜ਼ਿਲ੍ਹੇ ਵੱਲੋਂ ਜੀ। ਅਤੇ ਕਿੱਥੇ ਹੋਏ ਸੀ ਮੈਚ ਤੁਹਾਡੇ? ਇਹ ਸਾਡਾ ਟੁੱਡੀ ਆਪਣੇ ਇੱਥੋਂ ਆ ਜੀ, ਆਪਣੇ ਹੁਸ਼ਿਆਰਪੁਰ, ਹੁਸ਼ਿਆਰਪੁਰ ਗੜਦੀਵਾਲ, ਗੜਦੀਵਾਲ। ਅਤੇ ਇਹ ਕਿਹੜੇ ਸਾਲ ਦੀ ਗੱਲ ਹੈ, ਕੁਛ ਯਾਦ ਹੈ ਤੁਹਾਡੇ? ਇਹ ਸਾਨੂੰ ਮੇਰੇ ਖਿਆਲ ਵੀ ਹੋਣਾ 90-90 ਦੀ ਗੱਲ ਹੈ ਜੀ ਇਹ ਜੀ, ਜਦੋਂ ਤੁਹਾਡੇ ਉੱਥੇ ਮੈਚ ਹੋਏ ਸੀ। ਇਸ ਤੋਂ ਇਲਾਵਾ ਤੁਹਾਡੇ ਕੋਈ ਅਹਿਮ ਜਿਹੇ ਮੈਚ? ਅਹਿਮ ਜਿਹੇ ਮੈਚ ਤਾਂ ਹੁੰਦੇ ਰਹਿੰਦੇ ਸੀ ਜੀ। ਫਿਰ ਅਸੀਂ ਭੁੱਚੂ ਮੰਡੀ ਗਏ ਜੀ, ਇਹਨਾਂ ਦੇ ਪਹਿਲਾ ਮੈਚ ਟੁੰਡੂੜੀ 'ਚ ਖੇਡਿਆ ਮੈਂ ਜੀ। ਉੱਥੇ 85 ਟੀਮਾਂ ਸੀ ਜੀ, 85 ਤੋਂ 7 ਟੀਮਾਂ ਰਹੀ ਗਈਆਂ ਜੀ, ਹਨੇਰਾ ਹੋ ਗਿਆ, ਉਹਨਾਂ 7 ਟੀਮਾਂ 'ਚ ਪ੍ਰੈਜ ਬਣਤਾ ਜੀ। ਉਦੋਂ ਲਾਈਟਾਂ ਵਾਲਾ ਸਿਸਟਮ ਹੁੰਦਾ ਨਹੀਂ, ਸਿਸਟਮ ਆਏ ਨਹੀਂ ਸੀ ਉਦੋਂ, ਲਾਈਟਾਂ ਦੀ ਲਾਈਟਾਂ ਲਾਉਂਦੇ ਸੀ, ਉਦੋਂ ਪਤਾ ਨਹੀਂ ਲੱਗਦਾ ਸੀ ਕੀ ਹੋ ਰਿਹਾ ਕੀ ਨਾ ਜੀ, ਹੈਂ ਨਾ ਉਹ ਰੈਫਰੀ ਅੰਪਾਇਰ ਨੂੰ ਪਤਾ, ਨਾ ਰੇਡਰ ਨੂੰ ਪਤਾ, ਨਾ ਜਾਫੀ ਨੂੰ ਪਤਾ ਕੀ ਹੋਣਾ ਸੀ ਕੀ ਨਾ ਜੀ। ਅਤੇ ਫਿਰ ਤੁਸੀਂ ਕਬੱਡੀ ਛੱਡਣ ਦਾ ਕਾਰਨ ਕੀ ਬਣਿਆ ਤੁਹਾਡਾ? ਛੱਡਣ ਦਾ ਕਾਰਨ ਜੀ, 5 ਭਰਾ ਸੀ ਜੀ, ਫਿਰ ਅਲੱਗ ਅਲੱਗ ਹੋ ਗਏ ਜੀ, ਅਤੇ ਫਿਰ ਉੱਥੇ ਤੁਹਾਨੂੰ ਪਤਾ ਕੰਮ ਘਰਾਂ ਦੇ ਰਜੇ ਮੈਚ ਤੁਹਾਨੂੰ ਛੱਡਣੀ ਪੈ ਗਈ ਜੀ, ਕਬੀਲਦਾਰੀ ਵਾਲੇ ਗਰਾਊਂਡ 'ਚ ਆ ਗਏ। ਅਤੇ ਤੁਹਾਡੀ ਕਬੱਡੀ ਖੇਡ ਦੇ ਵਿੱਚ ਮੈਦਾਨਾਂ ਦੇ ਵਿੱਚ ਜਿਹੜੀ ਤੁਹਾਡੇ ਵਿੱਚ ਤੁਹਾਨੂੰ ਲੱਗਦਾ ਸੀ ਕਿ ਵੱਖਰੀ ਗੱਲ ਕੀ ਸੀ ਜੀ ਬਾਕੀ ਖਿਡਾਰੀਆਂ ਦੀ? ਵੱਖਰੀ ਇੱਕ ਇਹ ਗੱਲ ਸੀ ਜੀ, ਮੈਂ ਗਰਾਊਂਡ ਜਾਂਦਾ ਜਦੋਂ ਜੀ, ਅਤੇ ਇੱਕ ਇਹ ਨਹੀਂ ਹੈਗਾ ਵੀ ਮੈਂ ਝੂਠ ਬੋਲਣਾ ਜੀ, ਇਹ ਨਹੀਂ ਕਦੇ ਬੋਲਿਆ ਜੀ, ਨਾ ਕਦੇ ਗਰਾਊਂਡ ਦੀ ਸੌਂਹ ਖਾਧੀ ਹੈ ਜੀ, ਠੀਕ ਹੈ ਨਾ। ਅਤੇ ਅੰਪਾਇਰ ਵੀ ਕਹਿੰਦੇ ਹੁੰਦੇ ਸੀ ਵੀ ਇਹ ਝੂਠ ਨਹੀਂ ਬੋਲਦਾ ਜੀ, ਅਤੇ ਨਾ ਮੈਂ ਕਦੇ ਬੋਲੀ ਹੈ। ਸਾਫ਼ ਸੁਥਰੀ ਕਬੱਡੀ? ਹਾਂ, ਸਾਫ਼ ਸੁਥਰੀ ਕਬੱਡੀ ਖੇਡਣੀ ਹੈ। ਅਤੇ ਜਦੋਂ ਕੋਈ ਇਹ ਹੁੰਦਾ ਸੀ ਵੀ ਆਪਾਂ ਵੀ ਇਹ ਰੇਡਰ ਕਹਿੰਦਾ ਮੈਂ ਭੱਜ ਜੂੰਗਾ ਜੀ, ਵੀ ਨੋਨ ਸਟੋਪ ਕੋਈ ਨਹੀਂ ਭੱਜਿਆ ਅੱਜ ਤੱਕ ਜੀ, ਠੀਕ ਹੈ, ਹਰੇਕ ਪਲੇਅਰ ਨੂੰ ਜੱਫਾ ਲਾਇਆ ਜਿਹਨਾਂ ਮੈਚ ਲੱਗੇ ਨੇ, ਹਰੇਕ ਨੂੰ ਜੱਫਾ ਲਾਇਆ। ਮਤਲਬ ਜਿਹੜੇ ਟੂਰਨਾਮੈਂਟ 'ਤੇ ਤੁਸੀਂ ਬਤੌਰ ਜਾਫੀ ਖੇਡਦੇ ਸੀ ਉੱਥੇ ਕਿਸੇ ਨੂੰ ਨੋਨ ਸਟੋਪ ਤੁਸੀਂ ਰਹਿਣ ਨਹੀਂ? ਨਾ ਜੀ ਨਾ, ਨੋਨ ਸਟੋਪ ਕੋਈ ਭੱਜੀ ਨਹੀਂ ਹੈਗਾ ਜੀ, ਜਿਹੜਾ ਤੁਹਾਡੇ ਧੱਕੇ ਚੜ੍ਹ ਗਿਆ ਤਾਂ ਉੱਥੇ ਤੁਸੀਂ ਫੜੇ ਲਿਆ, ਫੜੇ ਲਿਆ ਜੀ, ਚਾਹੇ ਇੱਕ ਫੜਿਆ ਚਾਹੇ ਦੋ ਫੜਿਆ, ਉਹ ਇਹ ਨਹੀਂ ਹੈਗਾ ਵੀ ਮੈਂ ਸਾਰੀ ਭੱਜ ਗਿਆ ਜੀ। ਅਤੇ ਇਹ ਕਬੱਡੀ ਦੇ ਜਿਹੜੇ ਦਾ ਪੇਜ ਸੀ ਤੁਹਾਨੂੰ, ਫਿਰ ਇਹ ਤੁਹਾਡੇ ਕੋਚ ਕੌਣ ਸੀ? ਕੋਚ ਸਾਡੇ ਡੈਡੀ ਜੀ, ਮੇਰਾ ਚਾਚਾ ਜੀ, ਉਹਨਾਂ ਨੇ ਦੱਸਿਆ ਵੀ ਇੱਥੋਂ ਆਹ ਫੜਨਾ ਅਗਲੇ ਦਾ ਜੀ, ਆਹ ਫੜ ਕੇ ਬਸ ਜੀ, ਆਹ ਬੰਦੇ ਐਨਰਜੀ ਖਤਮ ਹੋ ਜਾਣੀ ਜੀ। ਅਤੇ ਉਹ ਤਾਂ ਗੱਲ ਠੀਕ ਹੈ, ਜਦੋਂ ਤੁਸੀਂ ਮੈਦਾਨ 'ਚ ਨਾ ਜਾਓਗੇ ਤਾਂ ਮੈਨੂੰ ਭੜਕਾ ਕੇ ਮਾਰੋ, ਨਹੀਂ ਸਾਨੂੰ ਡਰ ਵੀ ਲੱਗਦਾ, ਨਹੀਂ ਇੱਕ ਜੋਸ਼ ਇੱਦਾਂ ਦਾ ਹੁੰਦਾ ਕਬੱਡੀ ਦਾ, ਜੋਸ਼ ਬਹੁਤ ਜੀ। ਹੁਣ ਵੀ ਮੈਂ ਖੜਾ ਦੇਖਦਾ ਹੁੰਦਾ ਜਦੋਂ ਮੈਚ ਹੁੰਦੇ ਨੇ ਵੀ ਇਹਨੇ ਉਈ ਪੁੱਦੂ ਜੇ ਫੜਦੇ ਨੇ ਕੀ ਕਰਦੇ ਨੇ, ਮੇਰਾ ਹਜੇ ਵੀ ਹੁਣ ਵਾਲੇ ਦਿੰਦਾ ਵੀ ਮੈਂ ਕਿਤੇ ਦੇਖ ਲਾਂ ਦੁਬਾਰਾ, ਝੱਟ ਫੇਰ ਦੁਬਾਰਾ ਦੇਖ ਲਾਂ ਵੀ ਫਿਰ ਜਵਾਨੀ ਆਵੇ ਵੀ ਆਪਾਂ ਦੁਬਾਰੇ ਫਿਰ ਕਬੱਡੀ ਖੇਡੀਏ। ਅਤੇ ਇੱਕ ਟਹਿਲ ਸਿੰਘ ਜੀ, ਅਸੀਂ ਆਮ ਤੌਰ 'ਤੇ ਇੱਕ ਗੱਲ ਸੁਣੀ ਹੈ ਤੁਹਾਡੇ 'ਚ ਵੀ ਤੁਹਾਨੂੰ ਗੁੱਸਾ ਬਹੁਤ ਆਉਂਦਾ ਸੀ, ਕਿਉਂ? ਕਹਿੰਦੇ ਵੀ ਕਾਫੀ ਖਿਡਾਰੀਆਂ ਦੇ ਜਿਹੜੀ ਸੱਟ ਵੱਜ ਜਾਂਦੀ ਸੀ, ਉਹ ਮਤਲਬ ਕਿ ਤੁਹਾਡੇ ਗੁੱਸੇ ਕਰਕੇ ਵੱਜਦੀ ਸੀ? ਗੁੱਸੇ ਨਾਲ ਨਹੀਂ ਜੀ, ਜਦੋਂ ਮੈਂ ਖੇਡਣਾ ਹੈ ਪੂਰੇ ਜੋਸ਼ ਨਾਲ ਖੇਡਣਾ ਜੀ, ਅਤੇ ਜਿਹੜਾ ਮੇਰਾ ਸਾਰਾ ਸਰੀਰ ਦਾ ਵਜਨ ਹੈ ਨਾ ਉਹ ਅਗਲੇ 'ਤੇ ਜਾ ਕੇ ਵੱਜਦਾ ਸੀਗਾ ਜੀ, ਅਤੇ ਉੱਥੋਂ ਸੱਟ ਫਿਰ ਧੱਕੇ ਨਾਲ ਜਦੋਂ ਵਜਨ ਸਾਰਾ ਵੱਜ ਜਾਣਾ ਜੀ, ਉਹ ਪਲੇਅਰ 'ਤੇ ਅਚਾਨਕ ਹੀ ਸੱਟ ਵੱਜ ਜਾਂਦੀ ਸੀ, ਗੁੱਸੇ ਨਾਲ ਵੀ ਰੰਜਿਸ਼ ਨਾਲ ਮਾਰਨੀ ਹੈ, ਇਹ ਰੰਜਿਸ਼ ਵਾਲੀ ਗੱਲ ਨਹੀਂ ਸੀਗੀ ਜੀ, ਇਹ ਤਾਂ ਇੱਕ ਪ੍ਰੇਮ ਪਿਆਰ ਦੀ ਭਾਵਨਾ ਹੁੰਦੀ ਹੈ, ਬਾਅਦ 'ਚ ਜੱਫੀਆਂ ਪਾਈ ਦੀਆਂ ਸਭ ਕੁਛ ਕਰੀਦਾ ਜੀ। ਬਿਲਕੁਲ ਜੀ, ਬਾਹਰ ਤਾਂ ਫਿਰ ਭਰਾ ਹੋਵੇ ਉਹ ਤਾਂ ਗਰਾਊਂਡ ਦੇ ਵਿੱਚ ਆ ਕੇ ਕਰਨੀ ਪੈਂਦਾ, ਜੋਸ਼ ਤਾਂ ਬਿਠਾਉਣਾ ਹੀ ਹੈ ਜੀ, ਬਿਠਾਉਣਾ ਹੀ ਪੈਂਦਾ ਜੀ। ਅਤੇ ਕਿਹੜਾ ਲਗਾ ਸੀ ਤੁਹਾਡਾ ਫਿਰ ਉਹ ਜਿਹਦੇ ਨਾਲ ਸੱਟ ਵੱਜਣ ਦੀ ਸੀ? ਲਗਾ ਇਹ ਜੀ, ਆਪ ਮਾਰ ਕੇ ਧੌਲ ਅਤੇ ਫੜ ਕੇ ਜੀ ਸਿੱਧੀ ਬਸ ਨਾਲ ਦੀ ਨਾ, ਮੈਂ ਤੇਜ਼ੀ ਵਾਲੀ ਸੀ ਸਰੀਰ 'ਚ ਜੀ, ਹਾਂ ਇੰਨੀ ਤੇਜ਼ੀ ਸੀ ਵੀ ਅੱਖ ਦੇ ਝਮਕੇ ਨਾਲ ਹੀ ਕੰਮ ਕਰ ਦੇਣਾ ਬੰਦੇ ਦਾ ਜੀ, ਹਾਂ ਵੀ ਫੜ ਲੈਣਾ ਜੀ, ਇੱਥੋਂ ਫੜ ਕੇ ਤੁਸੀਂ ਕੈਂਚੀ ਮਾਰਦੇ? ਹਾਂ ਜੀ ਹਾਂ, ਹੋਰ ਮੈਂ ਕਦੇ ਕੋਈ ਦਾ ਨਹੀਂ ਜ਼ਿਆਦਾ ਵਰਤੇ, ਦਾ ਇਹੀ ਵਰਤੋ ਇਹੀ ਜ਼ਿਆਦਾ ਜੀ, ਜਿਹੜੇ ਤੁਹਾਡੇ ਦਾ ਸੀ ਜਿਹੜੇ ਮੇਨ ਇਹੀ ਦਾ ਜੀ। ਅਤੇ ਇੱਕ ਸਰ, ਹੁਣ ਪਰਿਵਾਰ ਦੇ ਵਿੱਚ ਕੌਣ ਕੌਣ ਸੀ? ਪਰਿਵਾਰ ਦੇ ਵਿੱਚ ਬੇਟਾ, ਇੱਕ ਬੇਟੀ ਜੀ, ਕਰਦੀ ਜੀ ਘਰੇ। ਅਤੇ ਕੰਮ ਕਰ ਕੀ ਕਰਦੇ ਹੋ ਜੀ? ਕੰਮ ਕਰ ਖੇਤੀ, ਖੇਤੀ ਦਾ ਕੰਮ ਕਰ ਜੀ। ਸੋ ਜਿਸ ਤਰ੍ਹਾਂ ਟਹਿਲ ਸਿੰਘ ਜੀ, ਤੁਹਾਡੇ ਸਮੇਂ ਅਤੇ ਹੁਣ ਦੀ ਕਬੱਡੀ ਦੇ ਵਿੱਚ ਦਿਨ ਰਾਤ ਦਾ ਫਰਕ ਹੈ ਜੀ, ਕਿਉਂਕਿ ਤੁਹਾਡੀ ਕਬੱਡੀ ਇੱਕ ਸਾਫ਼ ਸੁਥਰੀ
एक वधिया खेड सी खेड हुण भी वधिया पर काफ़ी जिहड़ियां घाटां आ गईयां ने ते तुसीं साडे बच्चियां नूं साडे नौजवानां नूं इह की संदेश देना चाहोगे साडे संदेश तां इही है जी आ क्लबां दा आ NRI वीरां नूं हर नूं इही कहिंदे आ वी अपना पंजाब जे बचाउणा है तां नशा माड़ा जी रहित करो जी इहनूं ते कुछ लगाम पाई जावे माड़ी मोटी जी तां कुछ नवीं पीढ़ी अगे वास्ते सही रहे सही रहे जी बिल्कुल नशियां तों जिहड़ा नशियां तों रहित होवे कबड्डी जिहड़ी है हां जी ਹੁਣ ਬੇੜਾ ਰੁੜਦਾ ਜਾਂਦਾ ਪੰਜਾਬ ਤਾਂ ਖਤਮ ਹੋ ਜਾਣਾ ਇਹ ਕੰਮ ਜੀ ਜੀ ਅਤੇ ਹੋਰ ਸਾਡੇ ਖਿਡਾਰੀਆਂ ਨੂੰ ਤੁਸੀਂ ਕੀ ਸੰਦੇਸ਼ ਖਿਡਾਰੀਆਂ ਨੂੰ ਇਹ ਵੀ ਆਪਦੀ ਚੰਗੀ ਖੁਰਾਕ ਖਾਓ ਜੀ ਉਹ ਚੰਗੀ ਮਿਹਨਤ ਕਰੋ ਜੀ ਅਤੇ ਉਹਦੇ ਨਾਲ ਖੇਡੋ ਇਹਦਾ ਕੀ ਨਸ਼ਿਆਂ ਨਾਲ ਕਰਕੇ ਖੇਡਾਂ ਨਾਲ ਖੇਡਦਾ ਹੈ ਜੀ ਹੈ ਅਤੇ ਆਪਣੀ ਕੁਦਰਤੀ ਖੁਰਾਕ ਖਾ ਕੇ ਕੁਦਰਤੀ ਖੁਰਾਕ ਖਾਓ ਆਪਣੇ ਘਰੇ ਬਣਾ ਕੇ ਖਾਓ ਜਿਹੜੀ ਚੀਜ਼ ਖਾਣੀ ਹੈ ਜੀ ਜਿਹੜੀ ਆਪਾਂ ਲਿਆਂਦਾ ਕੋਈ ਬਾਜ਼ਾਰੀ ਚੀਜ਼ ਖਾ ਲਈ ਤਲੀਆਂ ਫਲੀਆਂ ਕੋਈ ਬਰੈਲਰ ਖਾ ਲਿਆ ਜਾਂ ਹੋਰ ਖਾ ਲਿਆ ਖਾਣ ਥੋੜ੍ਹੀ ਜੀ ਮੈਂ ਹੁਣ ਵੀ ਆਪਦੀ ਖੁਰਾਕ ਖਾ ਰਿਹਾ ਜੀ ਆਪਦੀ ਖੁਰਾਕ ਬਣਾ ਕੇ ਖਾਈ ਜੀ ਵਧੀਆ ਕੋਈ ਘਰੇ ਮੀਟ ਬਣਾਉਣਾ ਉਹ ਖਾਓ ਜੀ ਇੱਕ ਵਧੀਆ ਚੀਜ਼ ਬਣਾ ਕੇ ਖਾਓ ਉਹਦੇ ਘਰੇ ਕੀ ਖਾਓ ਜੀ ਦੇਸੀ ਖੁਰਾਕ ਹਾਂ ਦੇਸੀ ਖੁਰਾਕ ਖਾਓ ਆਪਣੇ ਸਰੀਰ ਨੂੰ ਮਲ ਕੇ ਉਸ ਮਿਹਨਤ ਕਰੋ ਸਰੀਰ ਨਾਲ ਇਹ ਨਹੀਂ ਹੈਗਾ ਵੀ ਖਾ ਲਿਆ ਅਤੇ ਸੌਂ ਲਿਆ ਉਹਦੇ ਨਾਲ ਕੋਈ ਪਲੇਰੀ ਨਹੀਂ ਬਣਦੀ ਅਤੇ ਮੈਂ ਮਿਹਨਤ ਵੀ ਕੀਤੀ ਕੰਮ ਵੀ ਖੇਤੀ ਦਾ ਬਹੁਤ ਕੀਤਾ ਤਿੰਨ ਜਾਣੇ ਅਸੀਂ ਕਿੱਲਾ ਵੱਢ ਦਿੰਦੇ ਸੀ ਉਹ ਦੱਸੋ ਜੀ ਹੈ ਆਪਦੇ ਟਾਈਮ 'ਚ ਕਣਕ ਦਾ ਕਿੱਲਾ ਕਣਕ ਦਾ ਕਿੱਲਾ ਤਿੰਨ ਜਣੇ ਵੱਢ ਕੇ ਡੇਲੀ ਭਰੀਆਂ ਪਾਉਂਦੇ ਸੀ ਜੀ ਸੋ ਟਹਿਲ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਵਾਸਤੇ ਸਮਾਂ ਕੱਢਿਆ ਸੋ ਦੋਸਤੋ ਇਹ ਸਰਦਾਰ ਟਹਿਲ ਸਿੰਘ ਜੀ ਘੱਗਾ ਜਿਨ੍ਹਾਂ ਨੇ 16 ਸਾਲ ਖੇਡ ਮੈਦਾਨਾਂ ਦੇ ਵਿੱਚ ਆਪਦਾ ਨਾਂ ਚਮਕਾਇਆ ਅਤੇ ਸਿੱਕਾ ਚੱਲਿਆ ਪੁਰਾਣੇ ਖਿਡਾਰੀ ਜਿਨ੍ਹਾਂ ਨੂੰ ਅੱਜ ਅਸੀਂ ਤੁਹਾਡੇ ਰੂਬਰੂ ਕੀਤਾ ਸੋ ਇਸ ਵੀਡੀਓ ਨੂੰ ਵੀ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਕਿਉਂਕਿ ਸਾਡੇ ਨਵੇਂ ਖਿਡਾਰੀਆਂ ਨੂੰ ਵੀ ਪਤਾ ਲੱਗ ਸਕੇ ਕਿ ਜਿਹੜੇ ਸਾਡੇ ਪੁਰਾਣੇ ਖਿਡਾਰੀ ਸੀ ਉਹਨਾਂ ਦੇ ਵਿੱਚ ਕੀ ਖਾਸੀਅਤ ਹੁੰਦੀ ਸੀ ਇੰਨਾ ਲੰਬਾ ਸਮਾਂ ਕਬੱਡੀ ਕਿਵੇਂ ਖੇਡਦੇ ਸੀ ਅਤੇ ਉਹ ਸਾਡੇ ਬੱਚਿਆਂ ਤੱਕ ਵੀ ਮੈਸੇਜ ਪੁੱਜ ਸਕੇ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਅਤੇ ਜਿਨ੍ਹਾਂ ਨੇ ਸਾਡਾ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਵੀ ਸਾਡੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਸੋ ਅਗਲੀ ਵਾਰੀ ਫਿਰ ਤੁਹਾਨੂੰ ਕਿਸੇ ਹੋਰ ਸਟਾਰ ਨੂੰ ਮਿਲਾਵਾਂਗੇ ਉਦੋਂ ਤੱਕ ਮੈਨੂੰ ਦਿਓ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ